ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇੱਕ ਵਾਰ ਫਿਰ ਮੈਂ ਨਵਾਂ ਵਲੌਗ ਲੈ ਕੇ ਤੁਹਾਡੇ ਸਾਰਿਆਂ ਸਾਹਮਣੇ ਹਾਜ਼ਰ ਹਾਂ ਅਤੇ ਮੈਂ ਹਜੇ ਵੀ ਆਪਣੇ ਪਿੰਡ ਹਾਂ ਅਤੇ ਮਤਲਬ ਕਿ ਆਪਦੇ ਪੇਕਿਆਂ 'ਤੇ ਹਾਂ। ਹਜੇ ਮੈਂ ਵਾਪਿਸ ਨਹੀਂ ਗਈ ਕਿਉਂਕਿ ਮੈਂ ਜੋਬਨ ਦੀ ਵੇਟ ਕਰਦੀ ਪਈ ਹਾਂ, ਕਦੋਂ ਜੋਬਨ ਆਉਣਗੇ ਅਤੇ ਮੈਨੂੰ ਲੈ ਕੇ ਜਾਣਗੇ। ਅਤੇ ਉਹ ਹੁਣ ਸਵੇਰੇ ਆਉਣਗੇ ਅਤੇ ਸਵੇਰੇ ਉਹ ਮੈਨੂੰ ਇੱਥੋਂ ਲੈ ਜਾਣਗੇ। ਅਤੇ ਅੱਜ ਮੈਂ ਚਾਚਾ ਜੀ ਘਰ ਹਾਂ ਅਤੇ ਮੈਂ ਕਿਹਾ ਚਲੋ ਅੱਜ ਵਲੌਗ ਬਣਾ ਲੈਂਦੇ ਹਾਂ। ਅੱਜ ਸਾਡੇ ਬਣਨ ਲੱਗੇ ਆ ਕੜੀ ਚੌਲ ਅਤੇ ਅੱਜ ਮੈਂ ਕੜੀ ਚੌਲ ਦੀ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੀ ਅਤੇ ਨਾਲੇ ਇਸ ਕੜੀ ਚੌਲ ਖਾਵਾਂਗੇ। ਅਤੇ ਪਿੱਛੇ ਖੜੀਆਂ ਹੋਈਆਂ ਮੇਰੀਆਂ ਕਜ਼ਨਸ ਜਿਨ੍ਹਾਂ ਨੂੰ ਕਿ ਕੈਮਰੇ ਅੱਗੇ ਆਉਣ ਲੱਗੇ ਬਹੁਤ ਜ਼ਿਆਦਾ ਡਰ ਲੱਗਦਾ, ਉਹਨਾਂ ਨੂੰ ਵੀ ਵਿੱਚ ਦਿਖਾ ਦਾਂਗੀ ਜੇ ਆਈਆਂ ਤਾਂ। ਅਸੀਂ ਕੜੀ ਚੌਲ ਬਣਾ ਲੱਗੇ ਹਾਂ ਅਤੇ ਖਾਵਾਂਗੇ ਅਤੇ ਨਾਲੇ ਤੁਹਾਨੂੰ ਖਵਾਵਾਂਗੇ। ਇਹ ਹੁਣ ਆਲੂ ਚੀਰਦੇ ਪਿਆ, ਹੁਣ ਬਸ ਪਿਆਜ਼ ਚੀਰਨਗੇ ਅਤੇ ਉਸ ਤੋਂ ਬਾਅਦ ਜਾਂ ਤਾਂ ਉੱਚੀ ਬੋਲੋ ਦੋਵੇਂ ਜਣੀਆਂ ਹੌਲੀ ਹੌਲੀ ਬੋਲੀ ਜਾਂਦੀਆਂ, ਕੋਈ ਗੱਲ ਵੀ ਨੀ ਕਰਦੀਆਂ। ਮਿਰਚਾਂ ਪਾਵਾਂਗੇ ਹਰੀਆਂ, ਹਨਾ, ਧਨੀਆ ਵੀ ਪਾਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਾਵਾਂਗੇ ਤੇ ਉਸ ਤੋਂ ਬਾਅਦ ਇਸ ਕੜੀ ਬਣਾਵਾਂਗੇ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵਾਲੇ ਵਲੌਗ 'ਚ ਦੱਸਿਆ ਹੋਇਆ ਸੀ, ਇਹਨਾਂ ਨੇ ਪਾਲਕ ਵਗੈਰਾ ਸਭ ਕੁਛ ਘਰੇ ਲਾਇਆ ਹੋਇਆ ਤੇ ਹੁਣ ਅੱਜ ਸਾਡੀ ਦਿਲਪ੍ਰੀਤ ਕੌਰ ਤੇ ਆ ਨੀਤੂ ਨਵਨੀਤ ਜਿਹੜੀ ਕਿ ਪਟਿਆਲੇ ਤੋਂ ਆ ਗਈ ਹੈ ਤੇ ਘੁੰਡ ਕੱਢ ਕੇ ਵੱਖਰਾ ਤੁਰੀ ਫਿਰਦੀ ਹੈ ਕਿ ਹਾਂ ਵਲੌਗ ਦੇ ਵਿੱਚ ਮੈਨੂੰ ਨਾ ਲੈ ਆਇਓ। ਜਿਹੜਾ ਕਿ ਮੈਂ ਰੀਲਸ 'ਚ ਵੀ ਪਾਇਆ, ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ, ਇਹ ਮੈਨੂੰ ਦੀਪ ਕ੍ਰੀਏਸ਼ਨਸ ਤੋਂ ਗਿਫਟ ਆਇਆ ਸੀਗਾ। ਜਿਨ੍ਹਾਂ ਨੇ ਮੈਨੂੰ ਪਹਿਲਾਂ ਗਿਫਟ ਭੇਜੇ ਸੀ ਇੱਕ ਗ੍ਰੇ ਕਲਰ ਦਾ ਸੂਟ ਅਤੇ ਇੱਕ ਗ੍ਰੀਨ ਕਲਰ ਦਾ ਸੂਟ, ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਊਗਾ ਇੰਸਟਾ ਪੇਜ 'ਤੇ ਮੈਂ ਫੋਟੋ ਸ਼ੇਅਰ ਕੀਤੀਆਂ ਹੋਈਆਂ ਅਤੇ ਬਹੁਤ ਸਾਰੇ ਪੇਜਿਸ 'ਤੇ ਉਹ ਸ਼ੇਅਰ ਹੋਈਆਂ ਹੋਈਆਂ ਸੀਗੀਆਂ, ਗ੍ਰੀਨ ਵਾਲੀ ਵੀ ਅਤੇ ਗ੍ਰੇ ਸੂਟ ਵਾਲੀ ਵੀ। ਬਟ ਇਹ ਮੇਰਾ ਜਿਹੜਾ ਸੂਟ ਹੈ ਨਾ, ਇਹ ਦੀਪ ਕ੍ਰੀਏਸ਼ਨ ਤੋਂ ਬਣਿਆ ਅਤੇ ਤੁਸੀਂ ਵੀ ਔਡਰ ਕਰ ਸਕਦੇ ਹੋ। ਮੈਂ ਇਹਨਾਂ ਦੀ ਆਈ ਡੀ ਨੀਚੇ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰਾਂਗੀ। ਹੁਣ ਅਸੀਂ ਤੇਲ ਧਰਤਾ ਏ, ਹੁਣ ਪਾਣੀ ਪਾ ਕੇ ਚਾਚੀ ਪਕੌੜਿਆਂ ਦਾ ਮਿਕਸਚਰ ਤਿਆਰ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਅਸੀਂ ਇਹਨੂੰ ਫਰਾਈ ਕਰਾਂਗੇ। ਤੇਲ ਪੱਕਦਾ ਪਿਆ, ਤੇਲ ਪੱਕ ਗਿਆ, ਹੁਣ ਬਸ ਪਕੌੜੇ ਤਿਆਰੀ ਚ ਪਕੌੜੇ ਤਿਆਰੀ ਹੁੰਦੀ ਪਕੌੜੇ ਸਾਡੇ ਰੈਡੀ ਹੋ ਗਏ ਨੇ ਤੇ ਹੁਣ ਜਿਹੜਾ ਪਕੌੜਿਆਂ ਦਾ ਤੇਲ ਬਚਿਆ ਅਸੀਂ ਉਹਦੇ ਵਿੱਚ ਹੀ ਜੀਰਾ ਭੁੰਨਣ ਲੱਗੇ ਹਾਂ, ਹਨਾ, ਜੀਰਾ ਪਾਇਆ ਤੇ ਹੁਣ ਇਹਦੇ ਵਿੱਚ ਚਾਚੀ ਮਤਲਬ ਮਸਾਲਾ ਪਾਉਣ ਲੱਗਿਆ ਜਿਹੜਾ ਕੜੀ ਵਾਸਤੇ ਤਿਆਰ ਕੀਤਾ। ਹੁਣ ਇਹਨੂੰ ਭੁੰਨਾਂਗੇ, ਕਿੰਨਾ ਟਾਈਮ ਭੁੰਨਾਂਗੇ, 5 ਮਿੰਟ ਭੁੰਨਾਂਗੇ, ਫਿਰ ਇਹਦੇ ਵਿੱਚ ਅਸੀਂ ਮਸਾਲੇ ਪਾਵਾਂਗੇ। ਮਸਾਲਾ ਮਤਲਬ ਤੁਸੀਂ ਆਪਦੇ ਹਿਸਾਬ ਨਾਲ ਕੋਈ ਵੀ ਲੂਣ ਮਿਰਚ ਹਲਦੀ ਵਗੈਰਾ, ਹਨਾ, ਕੋਈ ਵੀ ਮਸਾਲਾ ਆਪਦੀ ਮਰਜ਼ੀ ਨਾਲ ਪਾ ਸਕਦੇ ਹੋ, ਆਪਦੇ ਸਵਾਦ ਅਨੁਸਾਰ ਪਾ। ਮਸਾਲਾ ਸਾਡਾ ਭੁੰਨਿਆ ਗਿਆ ਅਤੇ ਲੱਸੀ ਦੇ ਵਿੱਚ ਅਸੀਂ ਜਿਹੜਾ ਬੇਸਣ ਮਿਕਸ ਕੀਤਾ ਸੀਗਾ, ਹਨਾ, ਹੁਣ ਅਸੀਂ ਉਹਨੂੰ ਉਹਦੇ ਵਿੱਚ ਮਤਲਬ ਮਸਾਲੇ ਦੇ ਵਿੱਚ ਮਿਕਸ ਕਰਕੇ ਅਤੇ ਹੁਣ ਬਸ ਕੜੀ ਬਣਾ ਰਹੇ ਹਾਂ ਅਤੇ ਬਸ ਹੁਣ ਇਹ ਹਨਾ ਸੇਕ ਕੇ ਤਾਂ ਤਿਆਰ ਹੈਗਾ ਅਤੇ ਬਣਦੀ ਰਹੇਗੀ। ਹੁਣ ਥੋੜ੍ਹੀ ਪਤਲੀ ਥੋੜ੍ਹੀ ਸੰਘਣੀ ਹੁੰਦੀ ਰਹੇਗੀ ਅਤੇ ਜਦੋਂ ਇਹ ਪ੍ਰੋਪਰ ਬਣ ਗਈ ਉਸ ਤੋਂ ਬਾਅਦ ਆਪਾਂ ਪਕੌੜੇ ਪਾਵਾਂਗੇ ਇਹਦੇ ਵਿੱਚ। ਮੈਨੂੰ ਵੈਸੇ ਪਤਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਕੜੀ ਬਣਾਉਣੀ ਆਉਂਦੀ ਹੈ, ਬਟ ਮੈਂ ਕਿਹਾ ਚਲੋ ਅਸੀਂ ਆਪਦੀ ਵੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਹੁਣ ਸਾਡੀ ਕੜੀ ਬਣੀ ਜਾਂਦੀ ਹੈ ਪਰ ਹਜੇ ਰੈਡੀ ਨਹੀਂ ਹੋਏਗੀ, ਹਜੇ ਥੋੜ੍ਹੀ ਕੱਚੀ ਹੈ ਅਤੇ ਪਕੌੜੇ ਵੀ ਰੋਕ ਕੇ ਮਿਕਸ ਕੀਤੇ ਜਾਣਗੇ ਅਤੇ ਹੁਣ ਅਸੀਂ ਚਾਵਲ ਵੀ ਬਣਾ ਲੱਗੇ, ਹਨਾ ਚਾਚੀ। ਅੱਛਾ ਚਾਵਲ ਬਣਾ ਧਰਤੇ ਆਪਾਂ, ਚਾਵਲ ਵੀ ਸਾਡੇ ਬਣਦੇ ਪਏ। ਮੈਂ ਬਾਹਰ ਬੈਠੀ ਸੀ, ਚਾਚੀ ਰਸੋਈ 'ਚ ਕੰਮ ਕਰਦੀ ਸੀ ਇਸ ਕਰਕੇ ਮੈਨੂੰ ਪਤਾ ਨਹੀਂ ਸੀ। ਸਾਡੀਆਂ ਮੰਮੀਆਂ ਸਾਨੂੰ ਘੱਟ ਹੀ ਆਵਾਜ਼ ਮਾਰਦੀਆਂ ਹੁੰਦੀਆਂ ਰਸੋਈ 'ਚ ਅਤੇ ਉਸ ਤੋਂ ਬਾਅਦ ਅਸੀਂ ਪਕੌੜੇ ਪਾਵਾਂਗੇ ਅਤੇ ਪਲੱਸ ਅਸੀਂ ਉਸ ਤੋਂ ਬਾਅਦ ਧਨੀਆ ਵੀ ਪਾਵਾਂਗੇ ਅਸੀਂ ਵਿੱਚ ਪਕੌੜੇ ਪਾ ਕੇ ਅਤੇ ਅਸੀਂ ਹੋਰ ਜ਼ਿਆਦਾ ਬੋਇਲਡ ਕਰਾਂਗੇ, ਮਤਲਬ ਹੋਰ ਜ਼ਿਆਦਾ ਇਹਨੂੰ ਰੱਖਾਂਗੇ ਸੇਕੇ 'ਤੇ ਕਿ ਥੋੜ੍ਹੀ ਸੰਘਣੀ ਬਣ ਜਾਵੇ ਅਤੇ ਵਧੀਆ ਬਣ ਜਾਵੇ ਕਿਉਂਕਿ ਸਾਡੇ ਚਾਵਲ ਤਿਆਰ ਹੋ ਰਹੇ ਆ। ਹੁਣ ਸਾਡਾ ਖਾਣਾ ਰੈਡੀ ਹੈ, ਕੜੀ ਵੀ ਬਣ ਗਈ, ਚੌਲ ਵੀ ਬਣ ਗਿਆ ਅਤੇ ਹੁਣ ਅਸੀਂ ਖਾ ਕੇ ਦੇਖਦੇ ਕਿਵੇਂ ਦੇ ਬਣਿਆ, ਕਿਵੇਂ ਦੇ ਬਣਿਆ। ਬਹੁਤ ਟੇਸਟੀ ਹੈ, ਕਰਨਾ ਜਾ ਖਾਣੀ ਤਾਂ।